ਪਹਿਲਾਂ ਹੀ ਲੀਕ ਦਿੱਤਾ ਸੀ ਵੀ 15-15 ਦਿਨ ਤੇ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਉਹਨਾਂ ਸਮਾਂ ਜਿੰਨਾ ਸਮਾਂ ਸਾਡੇ ਕੁਝ ਜਥੇਬੰਦੀਆਂ ਜਿਹੜੀਆਂ ਅਜੇ ਨਹੀਂ ਪਹੁੰਚੀਆਂ ਉਹ ਵੀ ਆਉਣਗੀਆਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਸੰਭਾਵਨਾ ਹੀ ਆ ਵੀ ਪ੍ਰੋਗਰਾਮ ਆ ਜਿਹੜੇ ਦਿੱਤੇ ਜਾਣਗੇ ਇੱਥੋਂ। ਉਸ ਸਰਕਾਰ ਨੂੰ ਚਾਹੀਦੀਆਂ ਸੀਗੀਆਂ ਕਿ ਫਰੀ ਹੈਂਡ ਸਾਰਿਆਂ ਨੂੰ ਉਹਨਾਂ ਨੂੰ ਛੱਡਣਾ ਚਾਹੀਦਾ। ਲਿਸਟਾਂ ਦੀ ਤਾਂ ਗੱਲ ਹੀ ਨਹੀਂ ਰਹਿੰਦੀ, ਕੋਈ ਸੰਤੁਸ਼ਟੀ ਨਹੀਂ ਆ। ਸਰਕਾਰ ਹਮੇਸ਼ਾ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਦੀ ਆਈ, ਉਸੇ ਰਾਹ ਤੇ ਤੁਰੇ ਹੋਏ ਆ। ਤੇ ਜਦੋਂ ਸੰਘਰਸ਼ ਕਰਾਂਗੇ ਤੇ ਰਾਜ ਭਾਗ ਦੀ ਪ੍ਰਾਪਤੀ ਲਈ ਜਦੋਂ ਯਤਨ ਕਰਾਂਗੇ, ਜਦੋਂ ਆਪਾਂ ਆਜ਼ਾਦੀ ਲਈ ਸੰਘਰਸ਼ ਕਰਾਂਗੇ ਉਦੋਂ ਹੀ ਇਨਸਾਫ਼ ਮਿਲਣਾਗਾ। ਉਦਾਂ ਅੱਜ ਇਸ ਇੱਥੇ ਇਨਸਾਫ਼ ਲੈਣਾਗੇ, ਕਿਤੇ ਹੋਰ ਬੇਦਮੀ ਕਿਹੜਾ ਰੋਕ ਸਕਦੀ। ਗੁਰੂ ਸਾਹਿਬ ਦੀ ਜਿਹੜੀ ਹਜ਼ੂਰੀ ਦੇ ਵਿੱਚ ਪਹਿਰੇ ਤੇ ਰਹਿਣਾ ਚਾਹੀਦਾ ਵੀ ਕੋਈ ਪਹਿਲਾਂ ਬੇਦਮੀ ਹੋਵੇ ਨਾ, ਤੇ ਜੇ ਹੁੰਦੀ ਆ ਤੇ ਮੌਕੇ ਦੇ ਉੱਤੇ ਉਹਦਾ ਇਨਸਾਫ਼ ਕਰਨਾ ਚਾਹੀਦਾ। ਕਿਉਂਕਿ ਅਸੀਂ ਕੋਰਟਾਂ ਦੇ ਵਿੱਚ ਇਹਨਾਂ ਨੇ ਵੇਖ ਲਿਆ, ਇਹ ਬੰਦੇ ਨੂੰ ਫੜਦੇ ਨੇ ਬਾਅਦ 'ਚ ਪਾਗਲ ਕਹਿ ਕੇ ਛੱਡ ਦਿੰਦੇ ਨੇ ਉਸੇ ਵੇਲੇ। ਬੇਅਦਬੀ ਕਾਂਡ ਤੇ ਬਾਈਬਲ ਕੋਰਟ ਪੂਰਾ ਗੋਲੀ ਕਾਂਡ ਦੇ ਮਾਮਲੇ ਦੇ ਵਿੱਚ ਲਗਾਤਾਰ ਸਿੱਖ ਸੰਗਤ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ। ਇਨਸਾਫ ਮੋਰਚੇ ਵੱਲੋਂ ਸਰਕਾਰ ਨੂੰ ਕੁਝ ਮਹੀਨਿਆਂ ਦਾ ਸਮਾਂ ਦਿੱਤਾ ਗਿਆ ਸੀ, ਪਰ ਲਗਾਤਾਰ ਸਰਕਾਰ ਇਨਸਾਫ ਮੋਰਚੇ ਦੇ ਆਗੂਆਂ ਦੇ ਨਾਲ ਗੱਲਬਾਤ ਕਰਦੀ ਰਹੀ, ਜਿਸ ਤੋਂ ਬਾਅਦ ਸਰਕਾਰ ਨੂੰ ਸੰਗਤ ਨੇ ਹੋਰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਲੋਕਾਂ ਨੂੰ ਹਾਲੇ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ। ਜਿਸਦੇ ਚੱਲਦਿਆਂ ਸਿੱਖ ਸੰਗਤਾਂ ਵੱਲੋਂ ਮੀਟਿੰਗ ਕੀਤੀ ਗਈ, ਜਿਸ ਦੇ ਵਿੱਚ ਵਾਰਸ ਪੰਜਾਬ ਜਥੇਬੰਦੀ ਦੇ ਆਗੂ ਅਮਰਤਪਾਲ ਸਿੰਘ ਪਹੁੰਚੇ ਤੇ ਨਾਲ ਹੀ ਸਿੱਖ ਜਥੇਬੰਦੀਆਂ ਦੇ ਕੁਝ ਹੋਰ ਆਗੂ ਵੀ ਪਹੁੰਚੇ। ਜਿਸਦੇ ਚੱਲਦਿਆਂ ਉਹਨਾਂ ਨੇ ਫੈਸਲਾ ਕੀਤਾ ਹੈ ਕਿ 16 ਸਤੰਬਰ ਨੂੰ ਇੱਕ ਵੱਡਾ ਇਕੱਠ ਜਿਹੜਾ ਇੱਥੇ ਰੱਖਿਆ ਜਾਵੇਗਾ, ਜਿਸਦੇ ਤਹਿਤ ਹਰੇਕ ਜਥੇਬੰਦੀ ਦੇ ਆਗੂ ਨਾਲ ਮੀਟਿੰਗ ਕੀਤੀ ਜਾਵੇਗੀ। ਦੇਖੋ ਜੀ, ਪ੍ਰੋਗਰਾਮ ਤਾਂ ਪਹਿਲਾਂ ਹੀ ਲੀਕ ਦਿੱਤਾ ਸੀ ਵੀ 15-15 ਦਿਨ ਤੇ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਉਹਨਾਂ ਸਮਾਂ ਜਿੰਨਾ ਸਮਾਂ ਸਾਡੇ ਕੁਝ ਜਥੇਬੰਦੀਆਂ ਜਿਹੜੀਆਂ ਅਜੇ ਨਹੀਂ ਪਹੁੰਚੀਆਂ ਉਹ ਵੀ ਆਉਣਗੀਆਂ। ਉਹਨਾਂ ਦੇ ਨਾਲ ਮਿਲ ਜੁਲ ਕੇ ਜਿਹੜਾ ਅੱਗੇ ਵੱਡਾ ਪ੍ਰੋਗਰਾਮ ਆ ਜਿਹੜਾ ਉਹ ਦਿੱਤਾ ਜਾਊਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਸੰਭਾਵਨਾ ਹੀ ਆ ਵੀ ਪ੍ਰੋਗਰਾਮ ਆ ਜਿਹੜੇ ਦਿੱਤੇ ਜਾਣਗੇ ਇੱਥੋਂ, ਕਿਉਂਕਿ ਅੱਜ ਵੀ ਅਸੀਂ ਇੱਕ ਮੀਟਿੰਗ ਕਰਨ ਲੱਗੇ ਹਾਂ ਜਿਹੜੀਆਂ ਜਥੇਬੰਦੀਆਂ ਰਹਿੰਦੀਆਂ ਉਹਨਾਂ ਨੂੰ ਬੁਲਾਇਆ ਜਾਊਗਾ, ਆਇਆ ਜਾਊਗਾ ਸਾਰਿਆਂ ਦੇ ਨਾਲ ਮਿਲ ਵਰਤ ਕੇ ਜਿਹੜਾ ਅੱਗੇ ਸੰਘਰਸ਼ ਵੱਡੇ ਪੱਧਰ 'ਤੇ ਪੂਰਾ ਜਿਹੜਾ ਪੰਜਾਬ ਦੇ ਵਿੱਚ ਕੀਤਾ ਜਾਊਗਾ ਜੀ। ਪਹਿਲੀ ਗੱਲ ਤਾਂ ਇੱਕ ਦੇਸ਼ ਦੀ ਉਸ ਪਾਰਟੀ ਦੇ ਵਿੱਚ ਬੈਠੇ ਨੇ ਜਿਹੜੀ ਪੰਜਾਬ ਦੇਸ਼ ਦੇ ਵਿੱਚ ਸੱਤਾਧਾਰੀ ਆ, ਉਹਨਾਂ ਦੇ ਮੂੰਹੋਂ ਇਹੋ ਜਿਹੇ ਹੱਸ ਹੋਈ ਨੇ ਬਿਆਨ ਸ਼ੋਭਾ ਨਹੀਂ ਦਿੰਦੇ। ਜਿਹੜਿਆਂ ਨੇ ਲਿਸਟਾਂ ਪੰਜਾਬ ਦੇ ਲੋਕਾਂ ਨੂੰ ਪ੍ਰੋਵਾਈਡ ਕਰਾਉਣਾ ਸੀ, ਅਜੇ ਪੰਜਾਬ ਵਾਲਿਆਂ ਪਾਸੋਂ ਤਾਂ ਰਹਿ ਗਿਆ ਹੋਊਗਾ ਕਿ ਇੱਕ ਅੱਧਾ ਲਿਖਣ ਵਾਲਾ ਵੀ ਸਾਡਾ ਸਿੰਘ ਅੰਦਰ ਬੈਠਾ, ਕਿਉਂਕਿ ਉਸ ਸਮੇਂ ਕਤਲੇਆਮ ਹੀ ਇਸ ਤਰ੍ਹਾਂ ਦਾ ਕੀਤਾ ਗਿਆ। ਕਈਆਂ ਦੇ ਮਾਪੇ ਚਲੇ ਗਏ ਆ, ਕਈਆਂ ਦੇ ਧੀਆਂ ਪੁੱਤ ਚਲੇ ਗਏ ਆ, ਜਿਨ੍ਹਾਂ ਦੇ ਪਿਓ ਜੇਲ੍ਹਾਂ 'ਚ ਬੈਠੇ ਆ, ਜਿਨ੍ਹਾਂ ਦੇ ਪੁੱਤ ਬੈਠੇ ਉਹਨਾਂ ਦੇ ਮਾਪੇ ਹੈ ਨਹੀਂ ਆ। ਸੋ ਇਹ ਚੀਜ਼ਾਂ ਉਸ ਸਰਕਾਰ ਨੂੰ ਚਾਹੀਦੀਆਂ ਸੀਗੀਆਂ ਕਿ ਫਰੀ ਹੈਂਡ ਸਾਰਿਆਂ ਨੂੰ ਉਹਨਾਂ ਨੂੰ ਛੱਡਣਾ ਚਾਹੀਦਾ। ਲਿਸਟਾਂ ਦੀ ਤਾਂ ਗੱਲ ਹੀ ਨਹੀਂ ਰਹਿੰਦੀ, ਕੋਈ ਸੰਤੁਸ਼ਟੀ ਨਹੀਂ ਆ। ਸਰਕਾਰ ਹਮੇਸ਼ਾ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਦੀ ਆਈ, ਉਸੇ ਰਾਹ ਤੇ ਤੁਰੇ ਹੋਏ ਆ। ਸਰਕਾਰ ਨੂੰ ਦੱਸਣਾ ਨਹੀਂ ਪੈਂਦਾ ਕਿ ਉਹਨਾਂ ਨੇ ਕਦੋਂ ਕਿਹੜੇ ਟਾਈਮ ਬੰਦਾ ਚੱਕਣਾ ਜਾਂ ਕਿਹੜੇ ਟਾਈਮ ਉਹਨੂੰ ਲਿਆ ਕੇ ਕਟਹਿਰੇ ਦੇ ਵਿੱਚ ਖੜਾ ਕਰਨਾ। ਜਦੋਂ ਸਾਡੇ ਵਰਗਿਆਂ ਦੇ ਘਰਾਂ ਦੇ ਵਿੱਚ ਪੁਲਿਸ ਰੇਡ ਮਾਰਦੀ ਆ, ਬੇ ਦੋਸ਼ਾਂ ਦੇ ਕੇਸ ਪਾ ਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤੇ ਜਾਂਦੇ ਆ, ਤਾਂ ਇਹ ਤਾਂ ਫਿਰ ਕਿਤੇ ਨਾ ਕਿਤੇ ਉਸ ਲੜੀ ਦੇ ਤਹਿਤ ਜੁੜਦੇ ਆ, ਤਾਂ ਇਹਨਾਂ ਨੂੰ ਤਾਂ ਲਿਆਉਣਾ ਸੌਖਾ ਸੀਗਾ। ਸੋ ਇਹ ਸਿਰਫ ਇੱਕ ਟਾਈਮ ਟਪਾਊ ਗੱਲਾਂ ਕਰ ਰਹੇ ਆ। ਨਹੀਂ, ਜਬਰੀ ਤਾਂ ਕਿਹੜਾ ਧਰਮ ਪਰਿਵਰਤਨ ਕਰ ਦੂ, ਜੇ ਚੱਲ ਕੇ ਜਾਂਦੇ ਆ ਤਾਂ ਧਰਮ ਪਰਿਵਰਤਨ ਹੁੰਦਾ। ਸੋ ਇਹ ਸਾਡੇ ਆਪਦੇ ਤੇ ਆ, ਸਾਨੂੰ ਗੁਰੂ ਸਾਹਿਬ ਦਾ ਫਲਸਫਾ ਜਿਹੜਾ ਯਾਦ ਰੱਖਣਾ ਚਾਹੀਦਾ, ਜਿਹੜੇ ਨੇ ਆਪਣਾ ਆਪ ਵਾਰ ਕੇ ਸਿੱਖੀ ਦੀ ਹੋਂਦ ਨੂੰ ਜਾਂਦੇ ਰੱਖਿਆ, ਸਿੱਖੀ ਨੂੰ ਤੇ ਅੱਗੇ ਸਾਡੇ 'ਚ ਸਿੱਖ ਪਲਵਾੜੀ ਵਧਾਈ ਆ, ਤਾਂ ਅਸੀਂ ਉਹਨਾਂ ਗੁਰੂਆਂ ਦੇ ਉਹਨਾਂ ਪੈਗੰਬਰਾਂ ਦੇ ਪਹਿਰੇਦਾਰ ਹਾਂ, ਉਹਨਾਂ ਦੀ ਅਸੀਂ ਅੰਸ ਬੰਸ ਹਾਂ, ਤੇ ਅਸੀਂ ਕਿਵੇਂ ਡੋਲ ਸਕਦੇ ਹਾਂ। ਸੋ ਜਿਹੜੇ ਡੋਲਦੇ ਆ ਉਹ ਸਿੱਖ ਨਹੀਂ ਹੋ ਸਕਦੇ। ਦੇਖੋ, ਕੌਮ ਨੂੰ ਲਾਮਬੰਦ ਹੋਣਾ ਚਾਹੀਦਾ, ਇਕੱਠੇ ਹੋ ਕੇ ਇੱਕ ਝੰਡੇ ਥੱਲੇ ਸੰਘਰਸ਼ ਕਰਨਾ ਚਾਹੀਦਾ, ਤੇ ਜਦੋਂ ਸੰਘਰਸ਼ ਕਰਾਂਗੇ ਤੇ ਰਾਜ ਭਾਗ ਦੀ ਪ੍ਰਾਪਤੀ ਲਈ ਜਦੋਂ ਯਤਨ ਕਰਾਂਗੇ, ਜਦੋਂ ਆਪਾਂ ਆਜ਼ਾਦੀ ਲਈ ਸੰਘਰਸ਼ ਕਰਾਂਗੇ ਉਦੋਂ ਹੀ ਇਨਸਾਫ਼ ਮਿਲਣਾਗਾ। ਉੱਦਾਂ ਅੱਜ ਇਸ ਇੱਥੇ ਇਨਸਾਫ਼ ਲੈਣਾਗੇ, ਕਿਤੇ ਹੋਰ ਬੇਦਮੀਆਂ ਕਿਹੜਾ ਰੋਕ ਰਹੀਆਂ ਨੇ। ਉਹ ਜਿਹੜੇ ਜਥੇਬੰਦਕ ਤਰੀਕੇ ਦੇ ਨਾਲ ਤੇ ਸਾਨੂੰ ਪਿੰਡ ਪਿੰਡ ਜਾਣਾ ਚਾਹੀਦਾ, ਜਿਹੜਾ ਪਹਿਲੀ ਗੱਲ ਤੇ ਗੁਰੂ ਘਰਾਂ ਦੇ ਪ੍ਰਬੰਧ ਨੇ, ਨੌਜਵਾਨਾਂ ਨੂੰ ਹੰਭਲਾ ਮਾਰ ਕੇ ਗੁਰੂ ਸਾਹਿਬ ਦੀ ਜਿਹੜੀ ਹਜ਼ੂਰੀ ਦੇ ਵਿੱਚ ਪਹਿਰੇ ਤੇ ਰਹਿਣਾ ਚਾਹੀਦਾ ਵੀ ਕੋਈ ਪਹਿਲਾਂ ਬੇਦਬੀ ਹੋਵੇ ਨਾ, ਤੇ ਜੇ ਹੁੰਦੀ ਆ ਤੇ ਮੌਕੇ ਦੇ ਉੱਤੇ ਉਹਦਾ ਇਨਸਾਫ਼ ਕਰਨਾ ਚਾਹੀਦਾ। ਕਿਉਂਕਿ ਅਸੀਂ ਕੋਰਟਾਂ ਦੇ ਵਿੱਚ ਇਹਨਾਂ ਨੇ ਵੇਖ ਲਿਆ, ਇਹ ਬੰਦੇ ਨੂੰ ਫੜਦੇ ਨੇ ਬਾਅਦ 'ਚ ਪਾਗਲ ਕਹਿ ਕੇ ਛੱਡ ਦਿੰਦੇ ਨੇ ਉਸੇ ਵੇਲੇ। ਜੇ ਬਹੁਤੀ ਸਜ਼ਾ ਵੀ ਆ 295 ਇਹਦੇ ਵਿੱਚ, 3 ਸਾਲ ਦੀ ਸਜ਼ਾ ਉਹਦੀ ਜ਼ਮਾਨਤ ਨਾਲੋਂ ਨਾਲ ਹੋ ਜਾਂਦੀ ਹੈ। ਜਦੋਂ ਜ਼ਮਾਨਤੀ ਬੰਦੇ ਨੂੰ ਸਿਕਿਉਰਿਟੀ ਦਿੰਦੇ ਨੇ, ਇਹ ਐਸਾ ਰਾਜ ਹੈ ਜਿੱਥੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਬੰਦੇ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ। ਸੋ ਇਸ ਕਰਕੇ ਸਾਨੂੰ ਇਸ ਰਾਜ ਭਾਗ ਤੋਂ ਨਿਜਾਤ ਪਾਉਣੀ ਚਾਹੀਦੀ ਹੈ, ਇਨਸਾਫ਼ ਫੇਰੀ ਮਿਲੇਗਾ। ਨਹੀਂ, ਅਸੀਂ ਪਹਿਲਾਂ ਇੱਕ ਦਿਨ ਆਏ ਸੀ ਇੱਥੇ, ਜਿਹੜਾ ਬਾਈ ਦੀਪ ਸਿੱਧੂ ਅਤੇ ਇਸ ਮੋਰਚੇ ਨੂੰ ਸ਼ੁਰੂ ਕਰਨ ਵਾਲੇ ਹਾਂ ਤੁਸੀਂ, ਅਤੇ ਕੋਈ ਨਹੀਂ ਮਹਾਰਾਜ, ਕਿਰਪਾ ਕਰਨ ਆਉਂਦੇ ਰਹਾਂਗੇ ਜਿੰਨਾ ਚਿਰ ਇਨਸਾਫ਼ ਨਹੀਂ ਮਿਲਦਾ ਉਨਾ ਚਿਰ ਅਸੀਂ ਇੱਥੇ ਹੀ। ਸਹਿਯੋਗ ਜੀ, ਜਿੰਨਾ ਸਾਡੇ ਕੋਲ ਤਾਂ ਆਪਣਾ ਜੋ ਤਨ ਮਨ ਧਨ ਹੈਗਾ ਸਭ ਗੁਰੂ ਸਾਹਿਬ ਦੇ ਇਨਸਾਫ਼ ਵਾਸਤੇ ਸਾਰਾ ਕੁਝ ਅਸੀਂ ਅਰਪਣ ਕਰਨ ਨੂੰ ਤਿਆਰ ਹਾਂ ਜਥੇਬੰਦੀ। ਦੇਖੋ, ਪਰਿਵਾਰਵਾਦ ਹਰ ਪਾਸੇ ਹੀ ਆ, ਕੋਈ ਵੀ ਸੰਸਥਾ ਵਾ ਉਹਦੇ 'ਚ ਆ ਜਾਂਦਾ। ਸਿੱਖਾਂ ਨੂੰ ਇਹ ਸਮਝਣਾ ਚਾਹੀਦਾ ਹੈ ਵੀ ਅਸੀਂ ਜਿਹੜੀ SGPC ਸੰਸਥਾ ਹੈ, ਸਿੱਖਾਂ ਦੀ ਸੰਸਥਾ ਹੈ, ਇਹ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਹੈ, ਪਰਿਵਾਰਾਂ ਦੇ ਪ੍ਰਬੰਧ ਨੂੰ ਨਹੀਂ।
कोई भी मनुख जिन्हें गुरु घर ने मत्था लाया वो कभी मतलब सुखी नहीं बन सकता, नस्लों उजड़ी। बेअदबी ते गोलीकांड के मामले में लैके लगातार इंसाफ की मांग की जा रही है। तो उत्थे ही पंजाब दे विच दो सरकारां बदल गईयां ते तीजी आम आदमी पार्टी की सरकार बनी है। तो लगातार आम आदमी पार्टी तो सिख संगत वालों इंसाफ की मांग की जा रही है। तो सरकार नूं आगुआं वालों कुछ समा भी दिता गया सी पर हल तक कोई भी इंसाफ नहीं होया। हुण 16 सितंबर नूं एक वड्डा कट रखा गया है। हुण देखना होगा कि इस तो पहला पहला सरकार की फैसला लैंदी है। फरीदकोट तो गुरजीत सिंह रमाणा की रिपोर्ट, D5 चैनल पंजाबी। होएगी किसानां दी गल, नवी खेती मशीनां, बीजां ते बागां दी गल, लेके चलांगे तुहानू रंगले पंजाब दे खेतां वल। देखना ना भुलना साडा खास प्रोग्राम फार्मिंग विद अमरजीत वड़ैच, सोमवार तो शुक्रवार सवेरे 7:30 बजे D5 चैनल पंजाबी ते। की हुंदी है जमाबंदी, किवें बनदी है वसीयत, जमीन जायदाद दे हर मसले ते करांगे चर्चा। देखना ना भुलना साडा खास प्रोग्राम नायब तहसीलदार .com D5 चैनल पंजाबी। हुणे सब्सक्राइब करो, बैल आइकन ते क्लिक करो।